ਜੀ ਵੀਰੋ, ਉਹ ਸੈਟਅਪ ਜਿਹੜਾ ਤੁਹਾਨੂੰ ਅਸੀਂ ਦੱਸਿਆ ਸੀ ਕਿ ਇੱਕ ਸਸਪੈਂਸੀ ਰੱਖਣਾ ਸੀ ਅਤੇ ਗੌਸੀਆ ਫੈਂਸੀ ਬਰਡਸ 'ਤੇ ਅਸੀਂ ਪਹੁੰਚ ਗਏ ਸੈਟਅਪ 'ਤੇ। ਬਲੈਕ ਸ਼ਾਮੂ, ਵਾਈਟ ਪੱਠੀਆਂ ਨੇ ਆ ਮਾਸ਼ਾਅੱਲਾ। ਇਹਨਾਂ ਦੀ ਏਜ ਹੈਗੀ ਜੀ 4.5-4 ਮਹੀਨੇ। ਠੀਕ ਹੋ ਗਿਆ ਜੀ, ਇਹ ਵੀ ਬਲੈਕ ਦੇ ਵਿੱਚ ਨੇ ਜੀ ਮਾਸ਼ਾਅੱਲਾ। ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਸੱਲੱਲਾਹੁ ਅਲਾ ਮੁਹੰਮਦ। ਸਭ ਸੱਜਣਾਂ ਨੂੰ, ਬੇਲੀਆਂ ਨੂੰ ਅਤੇ ਮਿੱਤਰਾਂ ਨੂੰ ਮੇਰੀ ਵੱਲੋਂ ਅਸਲਾਮੁ ਅਲੈਕਮ ਜੀ, ਅਤੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਜੀ। ਦੁਆਏ ਅੱਲਾ ਪਾਕ ਸਾਹਿਬ ਨੂੰ ਆਪਣੇ ਇਸ ਇਮਾਨ 'ਚ ਰੱਖੇ, ਸਿਹਤ ਵਾਲੀ, ਆਫੀਅਤ ਵਾਲੀ ਅਤੇ ਇਮਾਨ ਵਾਲੀ ਜ਼ਿੰਦਗੀ ਦੇ। ਚੜ੍ਹਦੇ ਪੰਜਾਬ ਵੱਲੋਂ ਬੜਾ ਪਿਆਰ ਮਿਲਦਾ ਪਿਆ ਜੀ ਮਾਸ਼ਾਅੱਲਾ ਸਾਡੇ ਵੀਲੌਗ ਨੂੰ, ਸਾਡੇ ਇਸ ਕਾਵਿਸ਼ ਨੂੰ, ਅਤੇ ਮਿਹਰਬਾਨੀ ਜਨਾਬ, ਬਹੁਤ ਸ਼ੁਕਰੀਆ। ਖਾਸ ਤੌਰ 'ਤੇ ਸੁਰਜਨ ਸਿੰਘ ਜੀ, ਬਹੁਤ ਸ਼ੁਕਰੀਆ ਜਨਾਬ, ਬੜੀ ਮਿਹਰਬਾਨੀ, ਬੜਾ ਪਿਆਰ ਕਰਦੇ ਹੋ ਸਾਡੇ ਇਸ ਪੰਜਾਬੀ ਵੀਲੌਗ ਦੇ ਨਾਲ, ਮਾਂ ਬੋਲੀ ਦੇ ਨਾਲ। ਅਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਬਿਹਤਰ ਤੋਂ ਬਿਹਤਰ ਵੀਲੌਗ ਬਣਾਈਏ ਅਤੇ ਵੀਰਾਂ, ਦੋਸਤਾਂ ਨੂੰ, ਭਰਾਵਾਂ ਨੂੰ ਇਹ ਮਤਲਬ ਸਾਡੀ ਕਾਵਿਸ਼ ਪਸੰਦ ਆਵੇ। ਅਤੇ ਲਓ ਵੀ ਸੱਜਣੋ, ਅੱਜ ਅਸੀਂ ਜਾ ਰਹੇ ਇੱਕ ਆਪਣੇ ਬੜੇ ਹੀ ਪਿਆਰੇ ਮਿੱਤਰ ਕੋਲ, ਜਿਨ੍ਹਾਂ ਦਾ ਮਤਲਬ ਮੈਂ ਕਹਾਂ ਜਿੰਨੀ ਤਾਰੀਫ ਕੀਤੀ ਜਾਏ ਉੰਨੀ ਘੱਟ ਹੈ, ਕਿਉਂਕਿ ਬੜੀ ਛੋਟੀ ਉਮਰ 'ਚ ਉਹਨਾਂ ਮਾਸ਼ਾਅੱਲਾ ਬੜੀ ਤਰੱਕੀ ਕੀਤੀ ਹੈ। ਬੜੇ ਛੋਟੇ ਸੈਟਅਪ ਤੋਂ ਬੜਾ ਵੱਡਾ ਸੈਟਅਪ ਬਣਾਇਆ ਉਹਨਾਂ ਨੇ ਮਾਸ਼ਾਅੱਲਾ। ਅਤੇ ਉੱਥੇ ਜਾ ਕੇ ਤੁਹਾਨੂੰ ਦੱਸਾਂਗੇ ਕਿ ਅਸੀਂ ਕਿਸ ਭਰਾ ਕੋਲ ਜਾ ਰਹੇ ਹਾਂ। ਅਤੇ ਲਓ ਜੀ, ਫਿਰ ਤਿਆਰੀ ਫੜਨੇ ਹਾਂ ਅਤੇ ਉੱਥੇ ਜਾ ਕੇ ਇਨਸ਼ਾਅੱਲਾ ਮੁਲਾਕਾਤ ਹੋਏਗੀ। ਬਾਕੀ ਅਸੀਂ ਆਪਣੇ ਜਾਨਵਰਾਂ ਨੂੰ ਪਾਣੀ ਸ਼ਾਣੀ ਪਾਤਾ, ਦਾਣਾ ਪਾਣੀ ਬਾਦਸ਼ਾਹ ਨੂੰ ਵੀ ਅਤੇ ਬਾਕੀ ਸਾਰੇ ਜਾਨਵਰਾਂ ਨੂੰ, ਤਾਂ ਕਿ ਇਹ ਜਿਹੜਾ ਨਾ ਮਤਲਬ ਸਾਡੇ ਤੋਂ ਪਿੱਛੇ ਜਿਹੜਾ ਨਾ ਇਹਨਾਂ ਦਾ ਟਾਈਮ ਸੌਖਾ ਲੰਘ ਜਾਏ। ਅਤੇ ਅਸੀਂ ਹੁਣ ਚੱਲੇ ਹਾਂ ਮਿੱਤਰੋ ਆਪਣੇ ਇੱਕ ਮਿੱਤਰ ਕੋਲ, ਉੱਥੇ ਜਾ ਕੇ ਤੁਹਾਨੂੰ ਦੱਸਾਂਗੇ ਕਿ ਅਸੀਂ ਕਿੱਥੇ ਆਏ ਹਾਂ ਅਤੇ ਤੁਹਾਨੂੰ ਵੀ ਨਜ਼ਾਰਾ ਕਰਾਵਾਂਗੇ ਜੀ ਉਹਨਾਂ ਦਾ ਸੈਟਅਪ ਦਾ। ਨਿਕਲਦੇ ਹਾਂ ਜੀ ਫਿਰ। ਹਾਂ ਜੀ, ਸੁਨੈਣ ਤਿਆਰੀ ਹੈ? ਹਾਂ ਜੀ ਤਿਆਰੀ। ਲਓ ਜੀ, ਸੁਨੈਣ ਬਾਦਸ਼ਾਹ ਨੂੰ ਪਾਣੀ ਪਿਲਾ ਰਿਹਾ, ਸ਼ੱਕਰ, ਗੁੜ ਅਤੇ ਆਪਣਾ ਬੇਸਣ ਅਤੇ ਨਾਲ ਹੋਰ ਕੀ ਪਾਇਆ ਜੀ? ਗਲੂਕੋਜ਼ ਪਾਇਆ ਜੀ ਸੁਨੈਣ ਨੇ, ਤਾਂ ਕਿ ਗਰਮੀ ਦੇ ਵਿੱਚ ਸਰਵਾਈਵ ਕਰ ਸਕੇ ਜੀ। ਹਾਂ ਮਿੱਤਰੋ, ਤਿਆਰੀ ਹੋ ਗਈ ਹੈ, ਹੁਣ ਚੱਲਦੇ ਹਾਂ। ਹਾਂ ਬਈ, ਫਸਲ ਚੱਲ ਬਈ, ਸੁਨੈਣ ਆ ਜਾ, ਚਲੋ ਚਲੋ ਚਲੋ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਚਲੋ ਬਈ ਚਲੋ। A few inches later. One hour later. ਜੀ ਵੀਰੋ, ਉਹ ਸੈਟਅਪ ਜਿਹੜਾ ਤੁਹਾਨੂੰ ਅਸੀਂ ਦੱਸਿਆ ਸੀ ਕਿ ਇੱਕ ਸਸਪੈਂਸੀ ਰੱਖਣਾ ਸੀ ਅਤੇ ਗੌਸੀਆ ਫੈਂਸੀ ਬਰਡਸ 'ਤੇ ਅਸੀਂ ਪਹੁੰਚ ਗਏ ਜੀ ਸੈਟਅਪ 'ਤੇ, ਅਲਹਮਦੁਲਿਲਾ। ਅਤੇ ਦਾਨਿਸ਼ ਭਾਈ ਕਿਸੇ ਕੰਮ ਨਿਕਲੇ ਸਨ, ਮੁਲਾਕਾਤ ਉਹਨਾਂ ਦੇ ਨਾਲ ਨਹੀਂ ਹੋ ਸਕਦੀ, ਅਲਹਮਦੁਲਿਲਾ। ਇਹ ਤੁਹਾਨੂੰ ਮੈਂ ਸੈਟਅਪ ਦਾ ਵਿਜ਼ਿਟ ਕਰਾ ਦਿੰਦਾ। ਅਤੇ ਬੜੇ ਪਿਆਰ ਵਾਲੇ ਜੀ ਨੇ ਇਹਨਾਂ ਦੇ, ਛੋਟੇ ਭਾਈ ਨੇ ਹਸੀਬ ਭਾਈ, ਇਹਨਾਂ ਨਾਲ ਮੁਲਾਕਾਤ ਹੋਈ ਹੈ ਅਤੇ ਬਰਡਸ ਅਸੀਂ ਦੇਖੇ ਨੇ ਅੰਦਰ ਅਤੇ ਤੁਹਾਨੂੰ ਵੀ ਵਿਖਾਉਂਦੇ ਹਾਂ। ਮਾਸ਼ਾਅੱਲਾ ਬਹੁਤ ਪਿਆਰਾ ਸੈਟਅਪ ਬਣਾਇਆ ਜੀ, ਅਤੇ ਕਾਫੀ ਬੀਡਸ ਇਹਨਾਂ ਕੋਲ ਨੇ ਜੀ ਫੈਂਸੀ ਦੇ ਵਿੱਚ। ਬਲੈਕ ਸ਼ਾਮੂ, ਵਾਈਟ ਪੱਠੀਆਂ ਨੇ ਆ ਮਾਸ਼ਾਅੱਲਾ। ਇਹਨਾਂ ਦੀ ਏਜ ਹੈਗੀ ਜੀ 4.5-4 ਮਹੀਨੇ। ਠੀਕ ਹੋ ਗਿਆ ਜੀ, ਇਹ ਵੀ ਬਲੈਕ ਦੇ ਵਿੱਚ ਨੇ ਜੀ ਮਾਸ਼ਾਅੱਲਾ। ਦੋ ਪੱਠੀ, ਇਹ ਪੱਠਾ ਇੱਕ, ਦੋਨੋਂ ਪੱਠੇ ਨੇ ਜੀ? ਠੀਕ ਹੋ ਗਿਆ ਜੀ, ਇਹ ਦੋਨੋਂ ਪੱਠੇ ਨੇ। ਅੱਗੇ ਇਹ ਵੀ ਪੱਠੇ ਨੇ ਜੀ, ਵਾਈਟ ਪੱਠੇ ਨੇ ਜੀ, ਹਸੀਬ ਭਾਈ ਦੱਸਦੇ ਪਏ ਨੇ ਮਾਸ਼ਾਅੱਲਾ। ਇਹਨਾਂ ਦੀ ਵੀ ਏਜ ਤਕਰੀਬਨ 4.5 ਮੰਥੀ ਹੈ। ਇਹ ਫਿਰ ਅੱਗੇ ਬਲੈਕ ਸ਼ੈਮੋ ਆ ਗਿਆ ਜੀ, ਯਾਨੀ ਕਿ ਮੈਂ ਤੁਹਾਨੂੰ ਅਗਰ ਵਹਾਨਾ ਚਾਹਵਾਂ ਤਾਂ ਰਾਤ ਪੈ ਜਾਏਗੀ ਮਾਸ਼ਾਅੱਲਾ। ਬੜਾ ਵੱਡਾ ਸੈਟਅਪ ਇਹਨਾਂ ਦਾ, ਇਹ ਥੋੜ੍ਹੀ ਲਾਈਟ ਗਈ ਇਸ ਵਜ੍ਹਾ ਤੋਂ ਸਹੀ ਨਜ਼ਰ ਨਹੀਂ ਆ ਰਿਹਾ। ਅਤੇ ਬਾਕੀ ਮਾਸ਼ਾਅੱਲਾ ਜੀ, ਅਸੀਂ
ਅਸੀਂ ਬਾਈ ਨੂੰ ਕਿਹਾ ਹੈ ਕਿ ਸਾਡੇ ਵਾਸਤੇ ਦੋ ਵਾਈਟ ਸ਼ਾਮੂ ਪੱਠੀਆਂ ਜੀ ਇਸ ਤਰ੍ਹਾਂ ਦੀਆਂ ਅਤੇ ਇੱਕ ਮੇਲ ਜਿਹੜਾ ਨਾ ਸਾਡੇ ਵਾਸਤੇ ਪਲੈਨ ਕਰ ਲਓ। ਉਦੋਂ ਤੱਕ ਅਸੀਂ ਆਪਣਾ ਸੈਟਅਪ ਵੀ ਤਿਆਰ ਕਰ ਲਾਂਗੇ ਇਹਨਾਂ ਦੇ ਰਹਿਣ ਵਾਸਤੇ ਅਤੇ ਫਿਰ ਇਨਸ਼ਾਅੱਲਾ ਇਨਸ਼ਾਅੱਲਾ ਅਸੀਂ ਜਿਹੜਾ ਨਾ ਕੋਈ ਥੋੜ੍ਹੇ ਦਿਨਾਂ ਬਾਅਦ ਆਵਾਂਗੇ ਅਤੇ ਫਿਰ ਇਨਸ਼ਾਅੱਲਾ ਆਪਣੇ ਬਰਡਸ ਜਿਹੜੇ ਨਾ ਇੱਥੋਂ ਲੈ ਕੇ ਜਾਵਾਂਗੇ ਕਿਉਂਕਿ ਫਿਲਹਾਲ ਸਾਡੇ ਕੋਲ ਜ਼ੂ ਦੇ ਵਿੱਚ ਹਾਲੇ ਕੋਈ ਐਸੀ ਪਲੈਨਿੰਗ ਨਹੀਂ ਹੈ ਕਿਉਂਕਿ ਸੈਂਸਿਟਿਵ ਪਰਿੰਦੇ ਨੇ ਇਹਨਾਂ ਵਾਸਤੇ ਸਾਨੂੰ ਸੈਪਰੇਟ ਜਿਹੜਾ ਨਾ ਇੱਕ ਜਗ੍ਹਾ ਬਣਾਉਣੀ ਪੈਣੀ ਹੈ ਅਤੇ ਫਿਰ ਹੀ ਸਾਡਾ ਮਾਮਲਾ ਚੱਲੇਗਾ ਅੱਗੇ। ਲਓ ਵੀ ਮਿੱਤਰੋ ਅੱਜ ਦਾ ਵੀਲੌਗ ਇੱਥੋਂ ਤੱਕ ਸੀ। ਉਮੀਦ ਕਰਨਾ ਕਿ ਸੱਜਣਾਂ ਨੂੰ ਬੇਲੀਆਂ ਨੂੰ ਮਿੱਤਰਾਂ ਨੂੰ ਪਸੰਦ ਆਇਆ ਹੋਵੇਗਾ। ਜੇ ਪਸੰਦ ਆਇਆ ਤਾਂ ਲਾਈਕ ਸਬਸਕ੍ਰਾਈਬ ਲਾਜ਼ਮੀ ਕਰਨਾ, ਬੈਲ ਆਈਕਨ ਨੂੰ ਦਬਾ ਕੇ ਰੱਖਣਾ। ਮਿਲਦੇ ਹਾਂ ਅਗਲੇ ਵੀਲੌਗ 'ਚ ਨਵੀਆਂ ਗੱਲਾਂ ਨਵੀਆਂ ਬਾਤਾਂ ਅਤੇ ਨਵੀਂ ਸਟੋਰੀ ਦੇ ਨਾਲ। ਉਦੋਂ ਤੱਕ ਤੁਹਾਡਾ ਅਤੇ ਮੇਰਾ ਰੱਬ ਰੱਖਾ। ਅੱਲਾ ਨੇ ਕਿਹਾ ਅਸਲਾਮ ਵਾਲੇਕੁਮ ਵਰਹਮਤੁਲਾ।